ਸਾਡੇ ਸਾਰਿਆਂ ਦੇ ਮਨਾਂ ਵਿੱਚ ਇੱਕ ਦੌੜ ਲੱਗੀ ਹੋਈ ਹੈ ਵੀ ਬੱਚਿਆਂ ਨੂੰ ਵਧੀਆ ਤੋਂ ਵਧੀਆ ਸਕੂਲ ਵਿੱਚ ਪਾਇਆ ਜਾਵੇ। ਵਧੀਆ ਗੱਲ ਹੈ ਸਾਧ ਸੰਗਤ, ਬੱਚਿਆਂ ਦੀ ਵਿੱਦਿਆ ਦਾ ਮਿਆਰ ਉੱਚਾ ਚੁੱਕਣਾ ਚਾਹੀਦਾ ਹੈ। ਐਜੂਕੇਸ਼ਨ ਵਾਲੀ ਜਿਹੜੀ ਬੱਚੇ ਦੀ ਨੀਂਹ ਹੈ ਉਹ ਬੜੀ ਪੁਖਤਾ ਹੋਣੀ ਚਾਹੀਦੀ ਹੈ, ਬੜੀ ਵਧੀਆ ਹੋਣੀ ਚਾਹੀਦੀ ਹੈ। ਪਰ ਨਾਲ ਹੀ ਨਾਲ ਦੂਜਾ ਪੱਖ ਗੁਰਮਤਿ ਵਾਲਾ, ਜਿੱਥੇ ਸਾਡਾ ਫਰਜ਼ ਬਣਦਾ ਹੈ ਨਾ, ਅਸੀਂ ਜ਼ੋਰ ਲਾਉਂਦੇ ਹਾਂ ਜਿੰਨੀ ਸਾਡੀ ਆਮਦਨ ਹੁੰਦੀ ਹੈ ਉਹ ਤੋਂ ਵੱਧ ਮਹਿੰਗੇ ਸਕੂਲ ਵਿੱਚ ਪਾ ਕੇ ਆਪ ਔਖੇ ਹੋ ਕੇ ਵੀ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦਵਾ ਰਹੇ ਹਾਂ। ਉੱਥੇ ਸਾਡਾ ਗੁਰੂ ਸਾਨੂੰ ਸਾਡਾ ਫਰਜ਼ ਯਾਦ ਕਰਾਉਂਦਾ ਹੈ, ਜਾਂ ਪੰਜ ਪਿਆਰੇ ਸਾਹਿਬਾਨ ਜਦੋਂ ਪ੍ਰਥਮ ਰਹਿਤ ਜੇ ਜਾਣ ਖੰਡੇ ਕੀ ਪਹੁਲ ਛਕੇ ਸੋਈ ਸਿੰਘ ਸੁਜਾਨ ਅਵਰ ਨਾ ਪਹੁਲ ਲਏ। ਜਦੋਂ ਪੰਜ ਪਿਆਰੇ ਸਾਹਿਬਾਨ ਖੰਡੇ ਬਾਟੇ ਦੀ ਪਹੁਲ ਛਕਾਉਂਦੇ ਹੈ ਤਾਂ ਉਹ ਸਾਡਾ ਇੱਕ ਫਰਜ਼ ਸਾਨੂੰ ਦ੍ਰਿੜ ਕਰਵਾਉਂਦੇ ਗੁਰੂ ਕੇ ਸਿੱਖਾ, ਜਿੱਥੇ ਆਪਣੇ ਬੱਚਿਆਂ ਨੂੰ ਤੂੰ ਅੰਮ੍ਰਿਤ ਦੀ ਦਾਤ ਦਿਵਾਉਣੀ ਆ ਉੱਥੇ ਨਾਲ ਦੀ ਨਾਲ ਗੁਰਬਾਣੀ ਸੰਥਿਆ, ਗੁਰਬਾਣੀ ਕੀਰਤਨ, ਗੁਰੂ ਇਤਿਹਾਸ ਤੋਂ ਵੀ ਆਪਣੇ ਬੱਚਿਆਂ ਨੂੰ ਜਾਣੂ ਕਰਾਉਣਾ ਹੈ। ਕਿਉਂਕਿ ਜਿੱਥੇ ਸਾਡੇ ਮਨ ਦੇ ਵਿੱਚ ਚਾਹ ਹੈ ਨਾ, ਸਾਡਾ ਬੱਚਾ ਡਾਕਟਰ ਬਣੇ, ਚੰਗਾ ਪੜ੍ਹ ਕੇ ਵਕੀਲ ਬਣੇ, ਇੰਜੀਨੀਅਰ ਬਣੇ, ਜੱਜ ਬਣੇ, ਵੱਡੀ ਤੋਂ ਵੱਡੀ ਪੋਸਟ 'ਤੇ ਜਾਵੇ, ਉੱਥੇ ਗੁਰੂ ਕੇ ਸਿੱਖਾ ਤੇਰੇ ਮਨ ਦੇ ਵਿੱਚ ਇੱਕ ਹੋਰ ਚਾਹ ਹੋਵੇ। ਮੁਬਾਰਕ ਹੈ ਤੇਰਾ ਬੱਚਾ ਵਕੀਲ ਬਣੇ, ਮੁਬਾਰਕ ਹੈ ਤੇਰਾ ਬੱਚਾ ਡਾਕਟਰ ਬਣੇ, ਮੁਬਾਰਕ ਹੈ ਤੇਰਾ ਬੱਚਾ ਜੱਜ ਬਣੇ, ਮੁਬਾਰਕ ਹੈ ਤੇਰਾ ਬੱਚਾ ਵੱਡੀ ਤੋਂ ਵੱਡੀ ਪਦਵੀ 'ਤੇ ਜਾਵੇ। ਪਰ ਜਦੋਂ ਉਹ ਜੱਜ ਦੀ ਕੁਰਸੀ 'ਤੇ ਬੈਠੇ, ਵਕੀਲ ਦੀ ਕੁਰਸੀ 'ਤੇ ਬੈਠੇ, ਡਾਕਟਰ ਦੀ ਕੁਰਸੀ 'ਤੇ ਬੈਠੇ ਅਤੇ ਉਹਦੇ ਵਿੱਚ ਬਾਬੇ ਫਤਿਹ ਸਿੰਘ ਦੇ ਝਲਕਾਰੇ ਪੈਣ, ਇੱਦਾਂ ਨਾ ਹੋਵੇ ਘੋਣ ਮੋਣ ਹੋਇਆ ਹੋਵੇ ਅਤੇ ਪਤਾ ਨਾ ਲੱਗੇ ਵੀ ਸਿੱਖ ਦਾ ਬੱਚਾ ਹੈ ਕਿ ਕਿਸੇ ਕੁਮਾਰ ਦਾ ਬੱਚਾ ਹੈ। ਮੇਰੇ ਕਹਿਣ ਤੋਂ ਭਾਵ ਮਨ ਬੜਾ ਖੁਸ਼ ਹੁੰਦਾ ਹੈ ਜਦੋਂ ਇੱਦਾਂ ਦੇ ਜੰਗ 'ਚ ਬੱਚੇ ਜਾਂ ਨਵੇਂ ਨਵੇਂ ਬੱਚੇ, ਕਿਸ਼ੋਰ ਅਵਸਥਾ ਤੋਂ ਭਾਵ ਹੁੰਦਾ ਜਦੋਂ ਦਾੜਾੜੀ ਨਾ ਆਇਆ ਹੁੰਦਾ, ਅਤੇ ਪਹਿਲੀ ਜਿਹੜੀ ਸਾਡੀ ਉਮਰ ਨੂੰ ਕਿਸ਼ੋਰ ਅਵਸਥਾ ਕਹਿੰਦੇ ਨੇ, ਜਦੋਂ ਕਿਸ਼ੋਰ ਅਵਸਥਾ ਵਾਲੇ ਬੱਚੇ ਕੀਰਤਨ ਕਰਦੇ ਨੇ, ਕਥਾ ਕਰਦੇ ਨੇ, ਜਿਵੇਂ ਸਿੰਘ ਇੱਕ ਕਵਿਤਾ ਪੜ੍ਹ ਕੇ ਗਿਆ ਹੈ, ਉਦੋਂ ਮਨ ਨੂੰ ਸਕੂਨ ਮਿਲਦਾ ਹੈ, ਆਨੰਦ ਮਿਲਦਾ ਹੈ, ਪ੍ਰਸੰਨਤਾ ਹੁੰਦੀ ਹੈ ਕਿ ਮੁਬਾਰਕ ਅਜਿਹੇ ਮਾਂ ਪਿਓ ਵਧਾਈ ਦੇ ਪਾਤਰ ਨੇ, ਧੰਨਤਾ ਦੇ ਯੋਗ ਨੇ, ਜਿਹਨੇ ਆਪਣੇ ਬੱਚਿਆਂ ਨੂੰ ਗੁਰੂ ਸਾਹਿਬ ਵੱਲ ਪ੍ਰੇਰਿਤ ਕੀਤਾ ਵੀ ਤੁਸੀਂ ਗੁਰੂ ਦੇ ਲੜ ਲੱਗਣਾ ਹੈ।